ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ? ਠੀਕ ਠਾਕ ਸਾਰੇ? ਅਤੇ ਹਾਂਜੀ, ਅੱਜ ਆਪਾਂ ਲੱਗੇ ਹਾਂ ਜੀ ਲਾਉਣ ਟਾਇਲ ਕਮਰਿਆਂ ਦੇ ਵਿੱਚ। ਦੋ ਕਮਰੇ ਆ ਅਤੇ ਅੱਗੇ ਇੱਕ ਬਰਾਂਡਾ ਹੈ। ਅਤੇ ਹਾਂਜੀ, ਆਪਾਂ ਕਰਤਾ ਕੰਮ ਸ਼ੁਰੂ। ਇਹ ਟਾਇਲ ਹੈਗੀ ਆ ਜੀ 2 ਫੁੱਟ ਚੌੜੀ ਅਤੇ 40 ਇੰਚ ਲੰਮੀ। ਇਹ ਆਪਾਂ ਇੱਕ ਦਿਨ 'ਚ ਇੱਕ ਕਮਰਾ ਕੰਪਲੀਟ ਕਰਤਾ ਹੈ। ਦੋ ਜਣੇ ਆ ਅਸੀਂ, ਨਾਲ ਇੱਕ ਲੇਬਰ ਵਾਲਾ ਸੀ ਮੇਰੇ। ਅਤੇ ਲਓ ਜੀ, ਇਹ ਕਮਰਾ ਹੋ ਗਿਆ ਕੰਪਲੀਟ। ਅਤੇ ਹਾਂਜੀ, ਆਹ ਹੁਣ ਦੂਜੇ ਦੀ ਵਾਰੀ ਆ, ਇਹ ਵੀ ਆਪਾਂ ਕਰਤਾ ਜੀ ਸ਼ੁਰੂ। ਇਹ ਥੋੜ੍ਹਾ ਜਿਹਾ ਕਮਰਾ ਕਾਣੋ 'ਚ ਆ, ਅਤੇ ਦੂਜਾ ਕਮਰਾ ਜਿਹੜਾ ਬਿਲਕੁਲ ਚੌਰਸ ਸੀ, ਉਹ ਇੱਕ ਸਾਈਡ ਹੀ ਉਹਦੇ ਕੱਟ ਆਈ ਆ, ਅਤੇ ਇਹ 'ਤੇ ਆ ਗਈਆਂ ਆਪਣੇ ਦੋਵਾਂ ਸਾਈਡਾਂ 'ਤੇ। 150 ਫੁੱਟ ਇਹ ਆ ਅਤੇ 150 ਫੁੱਟ ਹੀ ਉਹ ਆ। ਅਤੇ ਲਓ ਜੀ, ਇਹ ਵੀ ਆਪਾਂ ਲਾ ਤਾ। ਅਤੇ ਆਹ ਜੀ ਬਰਾਂਡਾ ਬਾਹਰ, 150 ਫੁੱਟ ਇਹ ਹੋਣਾ, 150 ਤੋਂ ਉੱਤੇ 170-175 ਫੁੱਟ ਆ। ਸਕਾਟਿੰਗ ਸਕੂਟਿੰਗ ਸਾਰੀ ਆਪਾਂ ਕੱਟ ਕੇ ਅਤੇ 3.5-3 ਦਿਨਾਂ 'ਚ ਆਪਾਂ ਕੰਮ ਕੰਪਲੀਟ ਕਰਤਾ ਜੀ। ਅਤੇ ਕੰਮ ਤੁਹਾਨੂੰ ਕਿੱਦਾਂ ਦਾ ਲੱਗਾ ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਜਿਹੜੇ ਆਪਣੇ ਚੈਨਲ 'ਤੇ ਨਵੇਂ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਚਲੋ ਠੀਕ ਆ ਜੀ, ਮਿਲਦੇ ਹਾਂ ਆਪਾਂ ਤੁਹਾਨੂੰ ਅਗਲੀ